ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਨਿਰਮਲ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਦੇ ਆਦੇਸ਼ਾਂ ਅਨੁਸਾਰ ਕੰਮ ਕਰਦਿਆਂ ਯੂਥ ਕਾਂਗਰਸ ਹਲਕਾ ਸ਼ੁਕਰਾਨਾ ਦੇ ਪ੍ਰਧਾਨ ਅਮਨਦੀਪ ਸਿੰਘ ਵੱਲੋਂ ਮਾਰਕੀਟ ਕਮੇਟੀ ਮੈਂਬਰ ਕ੍ਰਿਸ਼ਨ ਪ੍ਰਧਾਨ, ਗੁਰਮੇਲ ਧੀਮਾਨ ਅਤੇ ਹਲਕਾ ਸ਼ੁਕਰਾਨਾ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਰਾਜ ਸੰਧੂ ਤੋਂ ਇਲਾਵਾ ਹੋਰ ਯੂਥ ਆਗੂਆਂ ਦੇ ਸਹਿਯੋਗ ਨਾਲ ਸਬ ਡਿਵੀਜ਼ਨ ਪਾਤਰਾ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਖੇ ਲੇਬਰ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੈਨੇਟਾਈਜ਼ ਕਰਕੇ ਮਾਸਕ ਵੰਡੇ ਗਏ ਅਤੇ ਯੂਥ ਕਾਂਗਰਸ ਆਗੂ ਵੱਲੋਂ ਮੰਡੀਆਂ ਵਿੱਚ ਕੰਮ ਕਰ ਰਹੇ ਸਮੁੱਚੇ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਬਚਾਅ ਸੰਬੰਧੀ ਕਣਕ ਦੀ ਸਾਫ਼ ਸਫਾਈ ਅਤੇ ਭਰਾਈ ਮੌਕੇ ਆਪਸ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਯੂਥ ਕਾਂਗਰਸ ਦੇ ਹਲਕਾ ਸ਼ੁਤਰਾਣਾ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਹਲਕਾ ਸ਼ੁਤਰਾਣਾ ਦੇ ਯੂਥ ਕਾਂਗਰਸ ਆਗੂਆਂ ਵੱਲੋਂ ਕੋਰੋਨਾ ਜਿਹੀ ਮਹਾਂਮਾਰੀ ਤੋਂ ਬਚਾਅ ਲਈ ਅੱਜ ਪਾਤੜਾ ਅਧੀਨ ਆਉਂਦੀਆਂ ਵੱਖ ਵੱਖ ਮੰਡੀਆਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੈਨੇਟਾਈਜ਼ ਕਰਕੇ ਮਾਸਕ ਵੰਡੇ ਗਏ ਜਿਨ੍ਹਾਂ ਨੂੰ ਪਹਿਨ ਕੇ ਇਹ ਮਜ਼ਦੂਰ ਫੈਲ ਰਹੀ ਮਹਾਂਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਨ। ਹਾਂਜੀ ਪ੍ਰਧਾਨ ਜੀ, ਅੱਜ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਮੰਡੀਆਂ ਦੇ ਵਿੱਚ ਆ ਕੇ ਮਾਸਕ ਵੰਡਣ ਦਾ, ਉਹਦੇ ਸੰਬੰਧ ਵਿੱਚ ਸਾਨੂੰ ਜਾਣਕਾਰੀ ਦਿਓ। ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਡੇ ਹਲਕੇ ਵਿਧਾਇਕ ਸਰਦਾਰ ਨਿਰਮਲ ਸਿੰਘ MLA ਛੁਤਰਾਣਾ ਅਤੇ ਉਹਨਾਂ ਦੇ ਸਪੁੱਤਰ ਸਤਨਾਮ ਸਿੰਘ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਪਟਿਆਲੇ ਦੀ ਅਗਵਾਈ ਹੇਠ ਅਸੀਂ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਜੋ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਸਾਡੀ ਯੂਥ ਕਾਂਗਰਸ ਟੀਮ ਵੱਲੋਂ ਮਾਸਕ ਘਰ ਬਣਵਾ ਕੇ ਇਹਨਾਂ ਨੂੰ ਗਰਮ ਪਾਣੀ ਨਾਲ ਧਵਾ ਕੇ ਇਹਨਾਂ ਨੂੰ ਸੈਨੇਟਾਈਜ਼ਰ ਕਰਕੇ ਫਿਰ ਅਸੀਂ ਮੰਡੀਆਂ ਦੇ ਵਿੱਚ ਵੰਡਣਾ ਸਟਾਰਟ ਕਰ ਦੇਣਾ ਅਤੇ ਕੱਲ੍ਹ ਪਰਸੋਂ ਤੋਂ ਅਸੀਂ ਪਾਣੀ ਦੀਆਂ ਬੋਤਲਾਂ ਵੀ ਤਕਰੀਬਨ ਅੱਜ ਪਹੁੰਚ ਜਾਣਗੀਆਂ, ਕੱਲ੍ਹ ਤੋਂ ਅਸੀਂ ਪਾਣੀ ਵੀ ਪ੍ਰੋਵਾਈਡ ਕਰਵਾ ਦਾਂਗੇ। ਇਕੱਲੀ ਇਕੱਲੀ ਮੰਡੀ ਦੇ ਵਿੱਚ ਅਸੀਂ ਜਾਣਾ ਸਟਾਰਟ ਕਰ ਦਾਂਗੇ ਅਤੇ ਉਹਨਾਂ ਨਾਲ ਜਿਹੜਾ ਕੋਈ ਖਾਣ ਪੀਣ ਦੀ ਕੋਈ ਦਿੱਕਤ ਆ ਰਹੀ ਹੈ ਉਹ ਵੀ ਸਾਡੀ ਯੂਥ ਕਾਂਗਰਸ ਵੱਲੋਂ ਪੂਰੀ ਮਤਲਬ ਕਿ ਮੁਹਿੰਮ ਕਰਾਈ ਤਿਆਰ ਕਰਵਾਇਆ ਜਾਊਗਾ, ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ। ਇਹ ਜਿਹੜੇ ਮਾਸਕ ਆ ਜਾਂ ਹੋਰ ਸੈਨੇਟਾਈਜ਼ਰ ਵਗੈਰਾ ਵੰਡ ਰਹੇ ਹੋ, ਇਹ ਲੇਬਰ ਨੂੰ ਇਕੱਲੀ ਨਹੀਂ ਦੇ ਰਹੇ ਹੋ ਕੋਈ ਜਾਂ ਕਿਸਾਨ? ਨਹੀਂ, ਮੰਡੀ ਦੇ ਵਿੱਚ ਤਕਰੀਬਨ ਜ਼ਿਆਦਾਤਰ ਲੇਬਰ ਜਿਹੜੀ ਕਿ ਲੇਬਰ ਹੈ ਕਿ ਉਹ ਮਾਸਕ ਨਹੀਂ ਲੈ ਸਕਦੀ ਹੈਗੀ ਅਤੇ ਜਿਹੜੇ ਲੋੜਵੰਦ ਪਰਿਵਾਰ ਨੇ ਜਿਹੜੇ ਕੋਲ ਮਾਸਕ ਨਹੀਂ ਲੈ ਸਕਦੇ। ਅਸੀਂ ਪਿੰਡਾਂ 'ਚ ਜਾ ਕੇ ਵੀ ਘਰ ਘਰ ਵੀ ਮਾਸਕ ਵੰਡਾਂਗੇ ਅਤੇ ਮੰਡੀਆਂ ਦੇ ਵਿੱਚ ਲੇਬਰ ਜੇ ਕੋਈ ਕਿਸਾਨ ਕੋਲ ਵੀ ਮਾਸਕ ਨਹੀਂ ਹੈ ਅਸੀਂ ਉਹਨਾਂ ਨੂੰ ਵੀ ਮਾਸਕ ਅਤੇ ਸੈਨੇਟਾਈਜ਼ਰ ਅਸੀਂ ਪ੍ਰੋਵਾਈਡ ਕਰਾਂਗੇ। ਇਹ ਜਿਹੜੇ ਮਾਸਕ ਤੁਸੀਂ ਬਣਾ ਕੇ ਲਿਆਂਦੇ ਇਹ ਖੁਦ ਤਿਆਰ ਕੀਤੇ ਆ ਤੁਸੀਂ? ਇਹ ਅਸੀਂ ਖੁਦ ਆਪ ਤਿਆਰ ਕਰੇ ਨੇ ਜੀ, ਇਹਨਾਂ ਨੂੰ ਬਣਨ ਤੋਂ ਬਾਅਦ ਗਰਮ ਪਾਣੀ ਵਿੱਚ ਧੋ ਕੇ ਇਹਨਾਂ ਨੂੰ ਸੈਨੇਟਾਈਜ਼ਰ ਕਰਕੇ ਫਿਰ ਅਸੀਂ ਮੰਡੀਆਂ ਦੇ ਵਿੱਚ ਦੇਣਾ ਸਟਾਰਟ ਕੀਤਾ। ਇਹਦੇ ਨਾਲ ਇਸ ਕੰਮ ਵਾਸਤੇ ਤੁਹਾਨੂੰ ਹੋਰ ਕਿਹਦਾ ਸਹਿਯੋਗ? ਸਾਨੂੰ ਇਹਦੇ ਵਿੱਚ ਸਰਦਾਰ ਨਿਰਮਲ ਸਿੰਘ MLA ਛੁਤਰਾਣਾ ਅਤੇ ਉਹਨਾਂ ਦੇ ਸਪੁੱਤਰ ਸਤਨਾਮ ਸਿੰਘ ਦਾ ਸਭ ਤੋਂ ਵੱਧ ਸਾਨੂੰ ਉਹਨਾਂ ਸਹਿਯੋਗ ਹੈਗਾ।